वालेकुम वरहमतुल्लाह वबरकातहू। सत श्री अकाल, नमस्ते। की हाल चाल सारे ग्रुप वालों का जी? होर सुनाओ, सब ठीक ठाक हो? उम्मीद है कि सारे ठीक ठाक होणगे। पम्मा फैमिली इधर भी रब का करम आसान है, शुक्र है। ते अज टाइम आ गया, उस तरह के बच्चे बहुत वड्डे हो गए ने, बहुत ज्यादा वड्डे हो गए ने। मतलब कि एडे वड्डे होण दे नाल ये है कि हुण ये छतरी ते लगणे नहीं, इन्हां नूं जाल ते लगावांगा, जाल ते लगा के इन्हां दीआं परवाज़ां लाहांगा। ते सब तो पहले मेरे चैनल नूं शेयर सबसक्राइब जरूर करो, तुहानूं आने वाली वीडियो होर भी मिलदियां रहणगियां। ते नाले एक एक करके मैं तुहानूं इहनां दा शौक करांगा, ते नाले इहनां दे पर जिस तरह असीं टेप लगाने उह वी तुहानूं मैं दसदा। ते बच्चे वैसे ते ये बहुत ज्यादा वड्डे हो गए ने। ते पहले मैं तुहानूं इस सफेद बच्चा इह कढ़दा वां, इहदा शौक करवाना वां। इहदा शौक करा के ते फिर इहदे पर बन्नने आ। ते आ जा पुत्तर, क्योंकि थोड़े ने ना जिसम तों वी क्रीजे पै गए ने, और ए जे इहदी अख मेरे ख्याल खट्टियां अखां दा निकलिया वा, मैनूं शक पैंदा है खट्टी अख है। हाँ जी, खट्टी अख है, तुसीं देख सकते हो। ते ए हुण इधरों दूसरी अख है, अगर मेरी वीडियो पसंद आए लाइक शेयर सबसक्राइब करना। ए इहदा पल्ला हो गया जे, ते दो कलियां सुट गया जे। ते इधरला पल्ला जे, ये जड़े मेरे फेवरेट चिट्टे। ते हुण मैं टेप फड़दा वां, ते इहनां नूं टेप लगाने आ। टेप आ देखो, इस तरह मैं कट के लाइयां ने, आ रेडी। ते इहनूं हुण तुसीं झोली च पा लैणा है, इत्थे इस तरह। जिहड़े मेरे इत्थे जिहड़े पुछदे ने कि टेप किस तरह तुसीं लांदे ने, इह कन्नियां दो कढ लईआं ने बाहर, इह कन्नियां कढ के ते इहनां दे उत्ते टेप जिहड़ी है, इह देखो इह लपेटती है, इक वल होर दे दित्ता है, थोड़ा लूज रखिआ है कि पर वी खराब ना होण। ते इह दो इह हो गए पर विच, तीन चार, ए हुण चार जिहड़े ना पर, इस तरह इहदे उत्ते दो दो लपेटे देणे ने। ए लपेटा नंबर 1 ते ए लपेटा नंबर 2। ते ए जी इहनूं दबा देणा वा। ये वैसे तो उड़ सकदा वा, पर ले आ के चलो उड़ के ते लागे तक ही डिगेगा, आ जाएगा दोबारा। ए एक पासो हो गया। ते अगर मेरी वीडियो पसंद आए लाइक शेयर सबसक्राइब जरूर करना। ਇਹ ਦੂਸਰੀ ਹੁਣ ਜਿਹੜੀ ਟੇਪ ਜਿਹੜੀ ਹੈ ਉੱਥੋਂ ਮੈਂ ਲਾਹਨਾ ਵਾਂ, ਇਹ ਲਾਈ ਵੀ ਸੀ, ਇਹ ਦੂਜੀ ਲਾ ਲਈ ਹੈ। ਤੇ ਇਹ ਦੇਖੋ ਇਹਦੇ ਫਿਰ ਦੋ ਪਰ ਲਏ, ਦੋ ਪਰਾਂ ਦੇ ਵਿੱਚੋਂ ਇੱਥੋਂ ਇਹ ਨਘਾਈ ਟੇਪ, ਇਹ ਇੱਥੋਂ ਇੰਜ ਲਿਆਂਦੀ, ਤੇ ਇੱਥੋਂ ਇੱਥੇ ਲਿਆ ਕੇ ਥੋੜ੍ਹੀ ਟੇਪ ਉੱਥੋਂ ਖਰਾਬ ਹੋ ਗਈ ਹੈ, ਪਰ ਕੋਈ ਗੱਲ ਨਹੀਂ। ਲੇਕਿਨ ਇਹ ਜਿਹੜੇ ਮੈਂ ਪੰਜ ਪਰ ਇਹਦੇ ਕਰਨ ਲੱਗਾ ਵਾਂ, ਇਸ ਵਾਸਤੇ ਕਿ ਇਹ ਜ਼ੋਰ ਮਾਰੇਗਾ ਅਤੇ ਗਵਾਚਣ ਦਾ ਡਰ ਆ, ਅਤੇ ਇਸ ਤਰ੍ਹਾਂ ਇਹਦਾ ਜ਼ੋਰ ਨਹੀਂ ਲੱਗੇਗਾ। ਤੇ ਇਹ ਤਿੰਨ ਦੇ ਦਿੱਤੇ, ਵਾਲੇ ਦੇ ਦਿੱਤੇ। ਇਹ ਲਓ ਜੀ, ਇਹਦੀ ਹੋ ਗਈ ਹੈ ਟੇਪ ਪੂਰੀ। ਇਹ ਦੇਖੋ ਬਿਲਕੁਲ, ਜਦੋਂ ਤੁਸੀਂ ਕੱਟਣੀ ਹੈ ਇੱਥੋਂ ਦੀ ਕੈਂਚੀ ਮਾਰੋਗੇ ਨਾ, ਤੇ ਆਪਣੇ ਆਪ ਕੱਟੀ ਜਾਏਗੀ। ਇਹ ਹੁਣ ਜੁੜ ਗਈ ਹੈ। ਤੇ ਇਹ ਫਿਰ ਦੇਖੋ, ਇਹ ਜੇ ਪੱਠਾ ਜੇ ਪੂਰਾ ਕਲੀਆ ਦੋ ਸੁੱਟ ਗਿਆ ਜੇ, ਮਤਲਬ ਕਿ ਬਹੁਤ ਵੱਡਾ ਹੋ ਗਿਆ। ਵੈਸੇ ਤੈਨੂੰ ਗਵਾਚਣਾ ਨਹੀਂ ਚਾਹੀਦਾ। ਤੇ ਹੁਣ ਇਹਦਾ ਲੱਕ ਕੇ ਇਹ ਇਹਨਾਂ ਦਾ ਹੁਣ ਤਰੀਕਾ ਮੈਂ ਕੀ ਕਰਨਾ ਹੈ, ਪਹਿਲੇ ਮੈਂ ਪਰ ਬੰਨ੍ਹ ਦੇ ਤੁਹਾਨੂੰ ਦਿਖਾਉਂਦਾ ਵਾਂ। ਇਹ ਇੱਕ ਪੱਠਾ ਹੋ ਗਿਆ, ਅਤੇ ਇਹ ਲਓ ਜੀ ਦੂਜਾ ਪੱਠਾ। ਦੂਜਾ ਪੱਠਾ ਵੀ ਜਿਹੜਾ ਵਾ, ਇਹ ਵੀ ਮੈਨੂੰ ਲੱਗਦਾ ਖੱਟੀਆਂ ਅੱਖਾਂ ਦਾ। ਮਾਂ ਪਿਓ ਪੀਲੀਆਂ ਅੱਖਾਂ ਦੇ ਸੀ, ਬੱਚੇ ਜਿਹੜੇ ਖੱਟੀਆਂ ਅੱਖਾਂ ਦੇ, ਖੱਟੀਆਂ ਹਰੀਆਂ ਜੀਆਂ ਅੱਖਾਂ ਕੱਢੀਆਂ ਨੇ। ਇਹ ਦੇਖੋ ਇਹਦੀ ਅੱਖ ਜਿਹੜੀ ਹੈ, ਇਹ ਜੇ ਇਹ ਦੂਸਰੀ ਅੱਖ ਜੇ, ਇਹ ਇਹਦਾ ਪੱਲਾ ਜੇ। ਅਗਰ ਮੇਰੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ। ਇਹ ਵੀ ਦੋ ਕਲੀਆਂ ਦਾ ਹੋ ਗਿਆ, ਇਸੇ ਤਰ੍ਹਾਂ ਹੀ ਰਿਹਾ ਜੇ। ਇਹ ਹੁਣ ਦੂਸਰਾ ਬੱਚਾ ਹੈ, ਇਹ ਜਿਹੜਾ ਇਹਦੇ ਵੀ ਇਸੇ ਤਰ੍ਹਾਂ ਹੀ ਪਾਰ ਕੀਤੇ ਨੇ। ਤੇ ਇਹ ਇੱਥੋਂ ਇੰਜ, ਤੇ ਇੱਥੋਂ ਇੰਜ, ਤੇ ਇੱਕ ਦੋ ਤਿੰਨ, ਇਹਦੇ ਪੰਜ ਪਾਰ ਐਡ ਕੀ ਕਰ ਦਵਾਂ ਇੱਕ ਪਾਸੋਂ ਦੇ ਨਾ। ਤੇ ਇਹ ਇੰਜ, ਇੱਥੋਂ ਇਹ ਪੜੋ, ਤੇ ਇੱਥੋਂ ਇੰਜ, ਇਹ ਇੰਜ, ਇਹਦੇ ਵੀ ਹੋ ਗਏ। ਤੇ ਹੁਣ ਜਿਹੜੇ ਨੇ ਦੂਸਰੀ ਸਾਈਡ ਦੇ ਪਰ ਬੰਨ੍ਹਨੇ। ਅਗਰ ਮੇਰਾ ਮੈਨੂੰ ਉਮੀਦ ਆ ਕਿ ਮੇਰੇ ਵਿਊਵਰਾਂ ਨੂੰ ਸਮਝ ਆ ਗਈ ਹੋਏਗੀ, ਜਿਹੜੇ ਪੁੱਛਦੇ ਸੀ ਕਿ ਤੁਸੀਂ ਟੇਪ ਨਾਲ ਕਿਵੇਂ ਪਰ ਬੰਨ੍ਹਦੇ ਹੋ। ਇਹ ਤੁਸੀਂ ਦੇਖ ਲਿਆ ਹੋਣਾ ਵਾ ਮੈਂ ਕਿਸ ਤਰ੍ਹਾਂ ਬੰਨ੍ਹ ਰਿਹਾ ਵਾਂ। ਟੇਪ ਜਿਹੜੀ ਚੰਗੇ ਵਾਲੀ ਲੈਣੀ ਹੈ ਕਿ ਜਿਹੜੀ ਜੋੜਦੀ ਹੋਵੇ ਅੱਛੀ, ਹੌਲੀ ਵਾਲੀ ਟੇਪ ਨਹੀਂ ਲੈਣੀ, ਕਿਉਂਕਿ ਦੋ ਤਿੰਨ ਦਿਨ ਬੰਨ੍ਹਣੇ ਨੇ। ਬੰਨ੍ਹਣ ਤੋਂ ਬਾਅਦ ਇਹਨਾਂ ਨੂੰ ਦੋ ਤਿੰਨ ਦਿਨ ਬੱਝੇ ਰਹਿਣ ਦੇਣੇ ਨੇ। ਇਹਨਾਂ ਨੂੰ ਸਿਰਫ ਆਉਣ ਜਾਣ ਦਾ ਰਸਤਾ ਦਿਖਾਉਣਾ ਹੈ ਉੱਥੋਂ, ਕਿ ਆਈ ਜਾਈ ਦਾ ਬਾਹਰ ਕਿਵੇਂ ਹੈ। ਜਦੋਂ ਇੱਕ ਦੋ ਵਾਰੀ ਆਈ ਬਾਈ ਕਰਕੇ
ਉਸ ਤੋਂ ਬਾਅਦ ਫਿਰ ਇੱਕ ਬੱਚੇ ਦੇ ਪਰ ਖੋਲਣੇ ਨੇ, ਇੱਕ ਦੇ ਬੱਚੇ ਰਹਿਣ ਦੇਣੇ ਨੇ। ਹਮੇਸ਼ਾ ਦੋਵੇਂ ਇਕੱਠੇ ਭੈਣ ਭਰਾ ਨਹੀਂ ਖੋਲਣੇ, ਕਿਉਂਕਿ ਫਿਰ ਕਈ ਵਾਰੀ ਤੰਗ ਕਰਦੇ ਨੇ। ਇੱਕ ਦੇ ਖੋਲ ਦਿਓ, ਇੱਕ ਦੇ ਬੰਦ ਰਹਿਣ ਦਿਓ, ਇੱਕ ਦੇ ਖੋਲ ਦਿਓ, ਇੱਕ ਦੇ ਬੰਦ ਰਹਿਣ ਦਿਓ। ਜਦੋਂ ਦੋ ਚਾਰ ਚੱਕਰੀਆਂ ਲਾ ਕੇ ਉਹ ਬਹਿ ਜਾਵੇ, ਫਿਰ ਉਸ ਤੋਂ ਬਾਅਦ ਤੁਸੀਂ ਉਹਦੇ ਖੋਲੋ। ਤੇ ਇਹ ਲਪੇਟਤੀ ਜੇ ਟੇਪ, ਇਹਦੇ ਤੇ ਵੀ ਇਹਦੇ ਤੇ ਟੇਪ ਬਹੁਤ ਹੀ ਲਪੇਟੀ ਗਈ, ਇਹ ਲੰਬੀ ਸੀ। ਤੇ ਇਹ ਲਓ ਜੀ, ਇਹਨੂੰ ਇੱਥੇ ਅੰਦਰ ਛੱਡ ਦਈਏ। ਤੇ ਅਗਰ ਮੇਰਾ ਚੈਨਲ ਤੁਹਾਨੂੰ ਪਸੰਦ ਹੈ, ਉਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ। ਇਹ ਵੀ ਖੱਟੀਆਂ ਅੱਖਾਂ ਦਾ ਬੱਚਾ ਹੈ। ਤੇ ਇਹਨੂੰ ਹੁਣ ਅੰਦਰ ਪਾਈਏ ਤੇ ਦੋ ਟੇਪਾਂ ਹੋਰ ਲਾ ਲਾ, ਇੱਕ ਹੈਗੀ ਏ ਤੇ ਇੱਕ ਹੋਰ ਲਾ ਲਾ। ਉਹ ਟੂ ਮੱਚ, ਮਤਲਬ ਕਿ ਟੇਪ ਬਹੁਤ ਜ਼ਿਆਦਾ ਕੱਟਣ ਦੀ ਜ਼ਰੂਰਤ ਨਹੀਂ ਹੈ। ਤਿੰਨ ਚਾਰ ਇੰਚ ਦੀ ਟੇਪ ਕੱਟ ਲਓ, ਜਿਸ 'ਚ ਚਾਰ ਤੋਂ ਪੰਜ ਪਾਰ ਆ ਜਾਣਾ। ਇਹ ਦੇਖੋ ਮੈਂ ਇੰਨੀ ਕੁ ਕੱਟੀ ਹੈ। ਤੇ ਹੁਣ ਕਾਲ ਡੱਬਾ ਬੱਚਾ ਖੜਨੇ, ਡੱਬਾ ਬੱਚਾ ਜਿਹੜਾ ਹੈ ਨਾ ਬਹੁਤ ਕਮੀਨਾ ਹੈ। ਇਹ ਦੋਵੇਂ ਭੈਣ ਭਰਾ ਹੱਥ ਨਹੀਂ ਲਵਾਉਂਦੇ। ਇਹ ਬਲਕਿ ਬਹੁਤੀਆਂ ਕਲੀਆਂ ਦੇ ਹੋ ਗਏ ਨੇ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ, ਤਿੰਨ ਕਲੀਆਂ ਸੁੱਟ ਗਏ ਨੇ ਦਬਾਜ ਜਿਹੜੇ, ਕਿਉਂਕਿ ਪਹਿਲੇ ਨਿਕਲੇ ਸਨ। ਇਹ ਤਿੰਨ ਕਲੀਆਂ, ਇਹ ਕਾਲੀਆਂ ਅੱਖਾਂ ਦਾ, ਤੁਸੀਂ ਦੇਖ ਸਕਦੇ ਹੋ। ਕਾਲੀ ਅੱਖ ਵਿੱਚ ਉਹ ਥੋੜ੍ਹੀ ਜਿਹੀ ਸਫਾਈ ਕਰੇਗਾ, ਉੱਥੇ ਇਹ ਅੱਖ ਜਿਹੜੀ ਹੈ, ਤੇ ਇਹ ਲਈ ਇਹਦੀ ਅੱਖ ਜਿਹੜੀ ਹੈ ਕਾਲੀ, ਬਿਲਕੁਲ ਕਾਲੀ ਰਹਿਣੀ, ਕਿਉਂਕਿ ਨਜ਼ਰ ਆਉਂਦੀ ਹੈ। ਤੇ ਹੁਣ ਇਹਨੂੰ ਵੀ ਟੇਪ ਲਾਈਏ। ਇਹ ਲਓ ਜੀ ਨੰਬਰ ਟੂ, ਥਰਡ ਬੇਬੀ। ਤੇ ਇਹਨੂੰ ਵੀ ਦੋ ਪਰ ਖਿੱਚੇ, ਤੇ ਖਿੱਚ ਕੇ ਤੇ ਇਹ ਲਿਆਂਦਾ, ਇੱਕ ਗੇੜਾ ਦਿੱਤਾ ਤੇ ਇਹ ਦੂਸਰਾ ਗੇੜਾ ਦਿੱਤਾ। ਤੇ ਇਸ ਤੋਂ ਬਾਅਦ ਫਿਰ ਇੱਕ ਦੋ ਤਿੰਨ ਚਾਰ, ਇਹਦੇ ਪੰਜ ਕਰ ਲਾਂ। ਇਹ ਜ਼ਰਾ ਥੋੜ੍ਹੇ ਤੇਜ਼ ਨੇ ਬੱਚੇ, ਤੇ ਇਸ ਵਾਸਤੇ ਇਹਨਾਂ ਦੇ ਥੋੜ੍ਹੇ ਨੇ ਵੱਧ ਘੁਮਾਏ ਦੇ ਦਿੱਤੇ ਨੇ। ਤੇ ਅਗਰ ਮੇਰੀ ਵੀਡੀਓ ਪਸੰਦ ਆਏ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ, ਤੁਹਾਨੂੰ ਆਉਣ ਵਾਲੀਆਂ ਵੀਡੀਓ ਹੋਰ ਮਿਲਣਗੀਆਂ। ਤੇ ਮੈਂ ਇੱਕ ਮਿੰਟ ਦੇ ਦਿਓ, ਮੈਂ ਦੂਸਰੇ ਪਾਸੇ ਦਾ ਵੀ ਬੰਨ ਲਾਂ। ਤੇ ਅੱਜ ਇਹਨਾਂ ਦਾ ਹੁਣ ਜਿਹੜਾ ਇਹਨਾਂ ਦਾ ਟਾਈਮ ਆ ਗਿਆ ਬਾਹਰ ਨਿਕਲਣ ਦਾ, ਆਇਆ ਤੇ ਬਹੁਤ ਲੇਟ ਏ। ਇਹ ਕਲੀ ਸੁੱਟਣ ਤੋਂ ਪਹਿਲੇ ਪਹਿਲੇ ਮੈਨੂੰ ਬਾਹਰ ਕੱਢਣੇ ਚਾਹੀਦੇ ਸਨ, ਪਰ ਕੋਈ ਨਹੀਂ, ਹੁਣ ਕੀ ਕਰ ਸਕਦੇ ਹੋ ਤੁਸੀਂ, ਨਹੀਂ ਕੱਢ ਸਕਿਆ, ਮੈਨੂੰ ਟਾਈਮ ਨਹੀਂ ਮਿਲਿਆ। ਤੇ ਇਹ ਟੇਪ ਜਿਹੜੀ ਏ ਇੱਥੇ ਲੱਗ ਗਈ ਏ, ਇਹ ਟੇਪ ਹੋ ਗਈ ਆ ਖਰਾਬ, ਤੇ ਹੁਣ ਨਵੀਂ ਟੇਪ ਲੈ ਲੈਂਦੇ ਹਾਂ। ਲਓ ਜੀ। ਤੇ ਬਾਕੀ ਅਗਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਬੱਚੇ ਪਸੰਦ ਆਏ ਹੋਣਗੇ, ਮੈਨੂੰ ਵੀ ਬੜੇ ਪਸੰਦ ਨੇ। ਹੁਣ ਤੁਹਾਨੂੰ ਮੈਂ ਇਹਨਾਂ ਦਾ ਦੱਸਾਂਗਾ ਕਿਹੜੇ ਉਤਾਂਹ ਲਾ ਕੇ ਉੱਡਦੇ ਨੇ ਤੇ ਕਿਹੜੇ ਥਾਂ ਉੱਡਦੇ ਨੇ। ਇਹ ਦੋ ਪਰ ਬੰਨ ਦਿੱਤੇ ਨੇ, ਇੱਧਰੋਂ ਫੜ ਲਏ ਨੇ, ਇਹਨੂੰ ਵੀ ਲਪੇਟਾ ਦੇ ਲਿਆ। ਤੇ ਮੈਨੂੰ ਕਾਫੀ ਲੋਕ ਪੁੱਛਦੇ ਸੀ ਕਿ ਤੁਸੀਂ ਟੇਪ ਕਿਵੇਂ ਲਾਉਂਦੇ ਹੋ, ਤੇ ਇਹ ਲਓ ਜੀ, ਇਹ ਟੇਪ ਲਾਉਣ ਦਾ ਤਰੀਕਾ ਜਿਹੜਾ ਤੁਹਾਨੂੰ ਦੱਸਿਆ। ਇਹ ਜਦੋਂ ਕੱਟਣਾ, ਇਹਨੂੰ ਖੋਲਣਾ ਹੈ, ਤੇ ਇਹਨੂੰ ਜਦੋਂ ਤੁਸੀਂ ਜਦੋਂ ਵੀ ਖੋਲਣਾ ਇਹਨੂੰ, ਤੁਸੀਂ ਇਹਨੂੰ ਕੈਂਚੀ ਲੈ ਕੇ ਇਸ ਪਾਸੋਂ ਕੈਂਚੀ ਪਾਣੀ। ਸਭ ਤੋਂ ਵਧੀਆ ਤਰੀਕਾ ਉਹਦਾ, ਇਹਨੂੰ ਗਿੱਲਾ ਕਰ ਲਓ। ਜਦੋਂ ਗਿੱਲਾ ਕਰਦੇ ਹੋ ਨਾ, ਟੇਪ ਐਵੇਂ ਖੁੱਲ ਜਾਂਦੀ ਹੈ, ਗਿੱਲਾ ਕਰਨ ਦੇ ਨਾਲ, ਗਿੱਲਾ ਕਰਨ ਦੇ ਨਾਲ ਟੇਪ ਐਵੇਂ ਖੁੱਲ ਜਾਂਦੀ ਹੈ। ਤੇ ਬੈਸਟ ਇਹੀ ਹੈ ਕਿ ਗਿੱਲਾ ਕਰ ਲਓ। ਇਹ ਸਾਰਾ ਹੋ ਗਿਆ, ਇਹ ਜੀ ਪੱਠੇ ਦਾ ਪੂਰਾ ਵਿਊ, ਸੋਹਣਾ ਦੁਬਾਸ, ਦੇਖੋ ਕੀ ਕਰਦੇ ਨੇ ਇਹ। ਚੱਲ ਵੀ ਸ਼ਹਿਜ਼ਾਦੇ ਤੂੰ, ਤੇ ਇੱਕ ਦੋ ਟੇਪਾਂ ਹੋਰ ਲਾ ਲਵਾਂ। ਮਾਸ਼ਾਅੱਲਾ, ਬੜੀ ਅੱਛੀ ਖਿਲਾਣ ਦੇ ਵਿੱਚ ਨੇ ਬੱਚੇ, ਔਰ ਉਮੀਦ ਹੈ ਕਿ ਤੁਹਾਨੂੰ ਪਸੰਦ ਆਏ ਹੋਣਗੇ। ਕੁਛ ਥੋੜ੍ਹੀ ਨਹੀਂ ਵੀਡੀਓ, ਇਹਦੀ ਵਜ੍ਹਾ ਨਾਲ ਲੰਬੀ ਵੀ ਹੋ ਰਹੀ ਹੈ, ਤੇ ਕੋਈ ਗੱਲ ਨਹੀਂ, ਇਹ ਮਤਲਬ ਕਿ ਜ਼ਰੂਰੀ ਸੀ, ਤੁਹਾਨੂੰ ਇਸ ਵਾਸਤੇ ਮੈਂ ਦਿਖਾ ਰਿਹਾ ਹਾਂ। ਇੱਕ ਬੱਚਾ ਰਹਿ ਗਿਆ ਵਾ, ਰੱਤਾ। ਇਹ ਲਓ ਜੀ ਰੱਤਾ, ਇਹ ਜੀ ਰੱਤਾ ਆਇਆ, ਜੀ ਰੱਤਾ ਆਇਆ। ਤੇ ਕੋਈ ਨਹੀਂ, ਹੁਣ ਨਿਕਲ ਵੀ ਜਾਏ ਤਾਂ ਉੱਡ ਤਾਂ ਸਕਦੇ ਨਹੀਂ। ਇਹ ਵੀ ਬਹੁਤ ਅੱਛਾ, ਮੈਂ ਤੁਹਾਨੂੰ ਪਹਿਲੇ ਅੱਖ ਦਾ ਸ਼ੋਕ ਕਰਾਵਾਂ। ਇਹ ਸਫੈਦ ਅੱਖ 'ਚ ਨਿਕਲਿਆ, ਹਲਕੀ ਲਾਲ ਡੋਰੇ ਵਾਲੀ ਸਫੈਦ ਅੱਖ, ਲਾਲ ਅੱਖ ਹੈ ਮੇਰਾ ਖਿਆਲ। ਹਾਂਜੀ, ਲਾਲ ਅੱਖ ਹੈ, ਜਿਵੇਂ ਦਾ ਆਪਣਾ ਰੰਗ ਹੀ ਉਸੇ ਰੰਗ ਦੀ ਅੱਖ ਹੈ ਇਹਦੀ, ਲਾਲ ਗਈ। ਉਮੀਦ ਆ ਤੁਹਾਨੂੰ ਪਸੰਦ ਆਏਗਾ। ਤੇ ਇਹ ਹੁਣ ਇਹਦਾ ਪੱਲਾ ਜੇ, ਇਹ ਵੀ ਉਨੇ ਕਲੀਆਂ ਦਾ ਹੋ ਗਿਆ ਜੇ, ਤੇ ਬਹੁਤ ਵੱਡੇ ਹੋ ਗਏ ਨੇ। ਇਹਨਾਂ ਨੇ ਮੈਨੂੰ ਬਹੁਤ ਤੰਗ ਕਰਨਾ, ਜਦੋਂ ਇਹਨਾਂ ਨੇ ਨਾ ਆਏ ਨਾ ਘਰ, ਇਹਨਾਂ ਨੇ ਬਹੁਤ ਤੰਗ ਕਰਨਾ। ਕਈ ਦਫਾ ਨਹੀਂ ਵੀ ਕਰਦੇ, ਕਿਉਂਕਿ ਜਾਲ ਦੇ ਉੱਤੇ ਕਿੰਨੇ ਦਿਨ ਹੋ ਗਏ ਬਹਿੰਦੇ ਪਏ ਨੇ, ਤੇ ਮੇ ਵੀ ਨਾ ਤੰਗ ਕਰਨ, ਪਰ ਜ਼ੋਰ ਬਹੁਤ ਹੋ ਗਿਆ ਇਹਨਾਂ ਦੇ ਵਿੱਚ, ਤੇ ਹੁਣ ਇਹ ਆਪਣਾ ਜ਼ੋਰ ਦਿਖਾਣਗੇ। ਠੀਕ ਹੈ, ਕੋਈ ਗੱਲ ਨਹੀਂ, ਮੇਰੀ ਕਿਸਮਤ 'ਚ ਹੋਏ ਆ ਜਾਣਗੇ, ਨਹੀਂ ਹੋਣਗੇ ਤੇ ਲਗੜ ਦੇ ਹੱਥ ਚੜਨਗੇ ਜਾਂ ਕਿਸੇ ਦੀ ਛੱਤ ਤੇ ਜਾਣਗੇ। ਤੇ ਜਿਹੜੀ ਕੋਈ ਆਪਣੇ ਨੂੰ ਟੈਨਸ਼ਨ ਕੋਈ ਨਹੀਂ, ਜਿਹੜਾ ਬੇਵਕੂਫ ਆ ਉਹੀ ਜਾਏਗਾ, ਜਿਹੜਾ ਸਮਝਦਾਰ ਬੱਚਾ ਹੈ ਉਹ ਨਹੀਂ ਜਾਂਦਾ। ਅਗਰ ਇਹ ਬੇਵਕੂਫ ਹੋਏ ਤੇ ਇਹ ਚਲੇ ਜਾਣਗੇ, ਜੇ ਬੇਵਕੂਫ ਨਾ ਹੋਏ ਤੇ ਇਹ ਨਹੀਂ ਜਾਂਦੇ। ਚੱਲ ਵੀ ਆ ਜਾ ਤੇਰੇ, ਇਹ ਪਰ ਦੋ ਹੋਰ ਵਿੱਚ ਲਿਆਵਾਂ, ਇੰਜ ਲਿਆਵਾਂ, ਇੰਜ ਲਿਆਵਾਂ, ਇੰਜ ਲਿਆਵਾਂ, ਇੰਜ ਲਿਆਵਾਂ।
ये हो गया। तो ठहर जा कमीने, ठहर जा ठहर जा ठहर जा ठहर जा। ये वध पार ले ले जे ते एलो ए। चलो जी ये हो गए, हुण इन्हां नूं उत्ते चढ़ा दिंदे ते इन्हां नूं इत्थों फड़ीए, इत्थों लै जाइए उत्थे, ते इन्हां नूं ओ उत्ते हुण चढ़ा के तो अग्गों जाल खोल देना वा, ते ये जड़ा के बाहर जान। पौड़ी जिहड़ी है ना, असीं मिट्टी पुट्टी है इत्थों, बंद कर दित्ती क्यारी सारी। ये हुण बस इहदे ते असीं ओ ब्लाक लाने ने, ते इंशाल्लाह ताला जल्दी ला देंगे ब्लॉक। आ जा आ जा आ जा आ जा आ जा पुत्र, आ जा पुत्र, आ जा पुत्र। तुम्हें नाल कबूतरिया उत्ते छड़ियां ने उड़न वालियां, इन्हां नूं हुण मैं खोल के, ते मैं जरा बाहर जाना वा, इन्हां नूं खोल जाना वा पिछों। ते जफर नूं कहां के नजर रखे, बिल्ली छिली दा बस बिल्ली दा डर हुंदा वा सानूं, होर ते किसे चीज़ दा डर नहीं है। ते उधरों इधरों जिहड़ा ना दरवाजा खोल देना वा, ते ये हुण मौज कर किधर जाना। ते एलो जी मादियां ते हुण उड़न गियां, जाहरी गल विचों निकलण गियां ते उड़न गियां। ते चल भी तू भी शहजादी है, चल भी शहजादी है। चलो जी इन्हां नूं मादियां नूं इस वास्ते पल्ला मारना है कि ये मादियां नूं उड़दा देख लैणगे। थोड़े दिन मैं दाणे उधर बाहर सुनना, देखे नठ के आंदे, देखना नठ के आंदे। थोड़े ने दाने, ए दाने लले ने कली बार ली जड़ी के सोका पांदी है, जे संवदन नहीं दिंदी। ए पहली दफा ही कर लगे हैं, इन्हां नूं पहले दिन ही बाहर आने ने, ते ਇਹਨੂੰ ਹੁਣ ਮੈਂ ਉਡਾ ਦੇਵਾਂ, ਕਿਉਂਕਿ ਇਕੱਠੇ ਨਿਕਲ ਕੇ ਇੱਕਦਮ ਉੱਡੇ ਤੇ ਪ੍ਰੋਬਲਮ ਕਰ ਦੇਣਗੇ। ਮਾਦੀਆਂ ਹੁਣ ਉੱਡਣ ਲੱਗੀਆਂ ਨੇ, ਚਲੋ ਜੀ ਚਲੋ ਇਹਨਾਂ ਨੂੰ ਉਡਾ ਦਿੱਤਾ ਹੈ ਕਿ ਇਹਨਾਂ ਨੂੰ ਉੱਤੇ ਹੁਣ ਦੇਖਦੇ ਵੀ ਰਹਿਣਗੇ, ਇਹਨਾਂ ਨੂੰ ਜਿਸ ਤਰ੍ਹਾਂ ਕਿ ਦੇਖਦੇ ਵੀ ਰਹਿਣਗੇ। ਤੇ ਠੀਕ ਹੈ, ਮੇਰੀ ਵੀਡੀਓ ਲੰਬੀ ਹੋ ਗਈ, ਅਗਰ ਤੁਹਾਨੂੰ ਪਸੰਦ ਆਏ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ, ਤੁਹਾਨੂੰ ਆਉਣ ਵਾਲੀਆਂ ਵੀਡੀਓ ਹੋਰ ਵੀ ਮਿਲਦੀਆਂ ਰਹਿਣਗੀਆਂ। ਤੇ ਇਹ ਲਓ ਜੀ, ਤੇ ਆਪ ਹੀ ਹੁਣੇ ਬਾਹਰ ਆ ਜਾਣਗੇ, ਹਲੇ ਇਹਨਾਂ ਨੂੰ ਆਪ ਨਹੀਂ ਬਾਹਰ ਕੱਢਣਾ, ਇਹ ਚਾਹੁੰਦਾ ਹੈ ਕਿ ਇਹ ਆਪ ਹੀ ਬਾਹਰ ਆਉਣ। ਤੇ ਠੀਕ ਹੈ, ਅਗਰ ਕੋਈ ਹੋਰ ਕੁਐਸਚਨ ਹੋਇਆ ਕਿਸੇ ਕਿਸਮ ਦਾ, ਜੇ ਪੁੱਛਣਾ ਹੋਇਆ, ਮਾਦੀਆਂ ਚੜ੍ਹ ਗਈਆਂ ਨੇ ਤਾਂ ਬੋਲਣ ਗਈਆਂ ਨੇ, ਪੂਰਾ ਬਰਹਲ ਮਹੀਨੇ ਬਾਅਦ ਅੱਜ ਬਾਹਰ ਨਿਕਲੀਆਂ ਨੇ, ਤੇ ਮੈਨੂੰ ਲੱਗਦਾ ਸਾਰੀਆਂ ਕਿੱਧਰ ਗਈਆਂ ਨੇ, ਕਿੱਥੇ ਨੇ ਕਿੱਥੇ ਨੇ ਕਿੱਥੇ ਨੇ, ਮੈਨੂੰ ਲੱਗਦਾ ਪਿਛਲੇ ਪਾਸੇ ਚਲੇ ਗਈਆਂ ਨੇ। ਕੋਈ ਗੱਲ ਨਹੀਂ, ਚਲੋ ਇਹ ਹੁਣ ਵਾਰੀ ਵਾਰੀ ਆਰਾਮ ਨਾਲ ਥੱਲੇ ਵੀ ਉਤਰਦੇ ਰਹਿਣਗੇ, ਬਾਹਰ ਵੀ ਨਿਕਲਣਗੇ। ਤੇ ਇਹ ਜਦੋਂ ਉੱਤੇ ਜਾਲੇ ਤੇ ਇੱਕ ਦੋ ਵਾਰੀ ਚੱਲ ਕੇ ਉਸ ਮੋਰੀ ਥਾਣੀ ਅੰਦਰ ਇੱਕ ਦੋ ਵਾਰੀ ਆ ਗਏ, ਉਸ ਤੋਂ ਬਾਅਦ ਅਗਲੇ ਦਿਨ ਹੀ ਇੱਕ ਬੱਚੇ ਦੇ ਪਰ ਖੋਲ ਕੇ ਤੇ ਉਹਨੂੰ ਕਹਿਣਾ ਚੱਲ ਜ਼ਰਾ ਗੇੜੀ ਮਾਰ ਕੇ ਆ, ਆਪ ਉਡਾਵਾਂਗਾ ਗੇੜੀ ਮਰਵਾਵਾਂਗਾ। ਤੇ ਮਾਦੀ ਇੱਕ ਆ ਆਈ ਹੈ, ਤੇ ਬਾਕੀ ਮੈਨੂੰ ਲੱਗਦਾ ਤਿੰਨ ਚਾਰ ਪਿੱਛੇ ਹੋਣੀਆਂ ਨੇ। ਤੇ ਚਲੋ ਠੀਕ ਹੈ, ਵੀਡੀਓ ਲੰਬੀ ਹੋ ਗਈ ਹੈ, ਆਹ ਮਾਦੀ ਇੱਕ ਆਈ ਹੈ, ਕਿਉਂਕਿ ਹੁਣ ਇਹ ਫਿਰ ਗਰੁੱਪ ਬਣਾਉਣ 'ਚ ਟਾਈਮ ਲੱਗੇਗਾ, ਇਹਨਾਂ ਦੀਆਂ ਨੀਲੀ ਮਾਦੀ ਹੈ ਤੇ ਦੂਸਰੀਆਂ ਦੋ ਹੋਰ ਪਿੱਛੇ ਹੋਣੀਆਂ ਨੇ। ਅਗਰ ਮੇਰੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ, ਤੁਹਾਨੂੰ ਆਉਣ ਵਾਲੀਆਂ ਹੋਰ ਵੀਡੀਓ ਮਿਲਦੀਆਂ ਰਹਿਣਗੀਆਂ। ਤੇ ਹੁਣ ਇਜਾਜ਼ਤ ਦਿਓ, ਸਲਾਮ ਅਲੈਕੁਮ ਤੇ ਲਾਈ ਬਰਕਾਤ। ਆਓ ਜੀ, ਬੱਚੇ ਬਾਹਰ ਆ ਗਏ ਨੇ ਤੇ ਇੱਕ ਅੰਦਰ ਰਹਿ ਗਿਆ, ਇਹ ਤਿੰਨ ਬੱਚੇ ਇੱਧਰ ਜੇ ਸਾਰੇ, ਤੇ ਇੱਕ ਬੱਚਾ ਡੱਬਾ ਜਿਹੜਾ ਅੰਦਰ ਰਹਿ ਗਿਆ, ਇਹਨੂੰ ਮੈਂ ਸੋਟੀ ਨਾਲ ਕੱਢਣਾ ਬਾਹਰ, ਇਹਨੂੰ ਵੀ ਤੇ ਸੋਟੀ ਨਾਲ ਕੱਢ ਕੇ ਤੇ ਫਿਰ ਅੱਗੇ ਪਾਉਣਾ। ਡੱਬਾ ਬੱਚਾ ਰਹਿ ਗਿਆ ਬਸ, ਬਾਕੀ ਰਹਿ ਬੈਠੇ ਥੱਲੇ ਉੱਧਰ, ਡੱਬਾ ਬੱਚਾ ਵੀ ਜਿਹੜਾ ਮੈਨੂੰ ਲੱਗਦਾ ਉੱਧਰ ਨੂੰ ਟੁਰਿਆ ਕਿ ਨਹੀਂ ਟੁਰਿਆ, ਟੁਰਿਆ ਹੈ। ਚੱਲ ਤੁਸੀਂ ਬਾਰਿਸ਼ ਦੱਸ ਦਿਓ ਤੇ ਸਾਡੇ ਲੱਗਦਾ ਹਾਂ ਹਾਂ ਹਨੇਰੀ ਵਾ ਫਿਰ ਚੱਲਣੀ ਹੈ, ਤੇ ਮੈਂ ਤੁਹਾਨੂੰ ਦਿੰਦਾ ਵਾ ਇੱਧਰ। ਚੱਲ ਸ਼ਹਾਦੀ ਹੈ, ਚੱਲ ਡੱਬਾ, ਉਹ ਵੀ ਬੱਚਾ ਬਾਹਰ ਗਿਆ। ਚਲੋ ਜੀ ਬਾਹਰ ਨਿਕਲ ਗਿਆ, ਤੇ ਇਹ ਮੈਂ ਤੁਹਾਨੂੰ ਪਾਉਂਦਾ। ਇਹ ਕਬੂਤਰੀ ਆਈ ਹੈ ਇੱਕ, ਤੇ ਦੋ ਮੈਨੂੰ ਲੱਗਦਾ ਉੱਚੀਆਂ ਹੋ ਗਈਆਂ ਨੇ, ਨੀਲੀ ਆ ਫਿਰ ਡਈ ਹੈ, ਤੇ ਡੱਬਾ ਬੱਚਾ ਵੀ ਬਾਹਰ ਚਲਾ ਗਿਆ, ਤੇ ਚਿੱਟਾ ਬੱਚਾ ਹੁਣ ਅੰਦਰ ਆ ਗਿਆ। ਮੈਂ ਨਹੀਂ ਵੱਡੀ ਕਬੂਤਰੀ ਹੈ,
ਤੇ ਤੁਸੀਂ ਦੇਖ ਸਕਦੇ ਹੋ ਮੇਰੇ ਖਾਲ ਸਾਰੇ ਬੱਚੇ ਬਾਹਰ ਨੇ। ਅਗਰ ਮੇਰੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ, ਤੁਹਾਨੂੰ ਆਉਣ ਵਾਲੀਆਂ ਵੀਡੀਓ ਹੋਰ ਵੀ ਮਿਲਦੀਆਂ ਰਹਿਣਗੀਆਂ। ਅਤੇ ਚਲੋ ਠੀਕ ਹੈ, ਲਓ ਜੀ ਇਹ ਨੀਲੀ ਕਬੂਤਰੀ ਉੱਡੀ ਜੇ ਅਤੇ ਉਹ ਵੀ ਡਰ ਕੇ ਉੱਡੇ ਜੇ। ਨੀਲੀ ਕਬੂਤਰੀ ਬਹਿ ਗਈ ਹੈ ਅਤੇ ਉਹਨਾਂ ਨੇ ਵੀ ਛਲਾਂਗ ਮਾਰੀ ਹੈ, ਉਹ ਹੁਣ ਥੱਲੇ ਆ ਡਿੱਗਾ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਪਰ ਵੱਜੇ ਨੇ ਅਤੇ ਹੁਣ ਸਾਨੂੰ ਇਹ ਕਿ ਫਿਕਰ ਕੋਈ ਨਹੀਂ, ਇਹ ਹੁਣ ਬੱਚਾ ਥੱਲੇ ਲਟਕਿਆ ਅਤੇ ਇਹਨੂੰ ਹੁਣ ਇੱਥੋਂ ਹੀ ਉੱਤੇ ਭੇਜਾਂਗਾ ਅਤੇ ਠੀਕ ਰਹੇਗਾ। ਚੱਲ ਸ਼ਾਬਾਸ਼ ਪੁੱਤਰ, ਇਹ ਲਓ ਜੀ ਹੁਣ ਇਹ ਹੈ ਕਿ ਪਰਫੈਕਟ ਹੋ ਗਿਆ ਕਿ ਅਗਲਿਆਂ ਨੂੰ ਪਤਾ ਲੱਗ ਗਿਆ ਕਿ ਸਾਡੇ ਪਰ ਵੱਜੇ ਨੇ ਅਤੇ ਅਸੀਂ ਛਾਗ ਬਹੁਤੀ ਨਹੀਂ ਮਾਰ ਸਕਦੇ ਅਤੇ ਇਹੀ ਚਾਹੁੰਦਾ ਸੀ ਮੈਂ ਕਿ ਇੰਨਾ ਕੀ। ਅਤੇ ਚਲੋ ਠੀਕ ਹੈ, ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ, ਤੁਹਾਨੂੰ ਆਉਣ ਵਾਲੀਆਂ ਹੋਰ ਵੀ ਵੀਡੀਓ ਮਿਲਦੀਆਂ ਰਹਿਣਗੀਆਂ।